ਤੁਹਾਡਾ ਸਵਾਲ ਆ ਕਿ ਅਰਦਾਸ ਦੇ ਵਿੱਚ ਵੰਡ ਛਕਿਆ ਜਾਂ ਵੰਡ ਕੇ ਛਕਿਆ ਬੋਲਣਾ ਸਹੀ ਰਹੇਗਾ। ਸੋ ਪਿਆਰਿਓ, ਬੇਨਤੀ ਹੈ, ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਨਾ, ਇੱਕ ਓਹੰਕਾਰ ਤੋਂ ਲੈ ਕੇ ਅਤੇ ਆਪਾਂ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਕਰ ਨਾ ਉਹਨੇ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਇ, ਇੱਥੋਂ ਤੱਕ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ, ਉਹਨਾਂ ਦੀ ਬਾਣੀ ਦੇ ਬੋਲ ਨੇ ਦਸਮ ਗ੍ਰੰਥ ਦੇ ਵਿੱਚੋਂ। ਇਹਦੇ ਵਿੱਚ ਆਪਾਂ ਕੋਈ ਵੀ ਤਬਦੀਲੀ ਨਹੀਂ ਕਰ ਸਕਦੇ। ਬਾਕੀ ਜਿਹੜੀ ਹੈ ਅਗਲੇ ਹੀ ਅਰਦਾਸ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਜਿੱਥੇ ਤੁਹਾਨੂੰ ਲੱਗੇ ਕਿ ਆਹ ਢੁਕਵਾਂ ਸ਼ਬਦ ਸਹੀ ਰਹੇਗਾ, ਜਿਵੇਂ ਵੰਡ ਛਕਿਆ ਜ਼ਿਆਦਾ ਬੋਲਦੇ ਨੇ, ਤਾਂ ਤੁਸੀਂ ਕੇ ਵੀ ਲਾਉਣਾ ਹੋਵੇ ਤਾਂ ਲਾ ਸਕਦੇ। ਬਸ ਇਹ ਹੈ ਕਿ ਅਰਥ ਦੇ ਅਨਰਥ ਨਾ ਹੋਣ, ਜਦੋਂ ਕੋਈ ਅਰਥ ਕਰੇ ਤਾਂ ਇਹ ਸ਼ਬਦ ਸਹੀ ਨਿਕਲੇ ਤੁਹਾਡਾ ਬੋਲਿਆ ਹੋਇਆ। ਤੁਸੀਂ ਅਰਦਾਸ ਥੋੜ੍ਹੀ ਬਹੁਤ ਆਪਣੇ ਹਿਸਾਬ ਦੇ ਨਾਲ ਵੀ ਕਰ ਸਕਦੇ ਹੋ, ਉੱਥੋਂ ਤੱਕ ਜਿੱਥੋਂ ਤੱਕ ਮੈਂ ਦੱਸਿਆ ਉੱਥੋਂ ਤੱਕ ਕੋਈ ਸ਼ਬਦ ਨਹੀਂ ਉਲਟ ਕਰ ਸਕਦੇ ਆਪਾਂ, ਬਾਕੀ ਦਾ ਸ਼ਬਦ ਜਿਹੜਾ ਤੁਸੀਂ ਚੇਂਜ ਕਰ ਸਕਦੇ ਹੋ। ਪਿਆਰੋ, ਕਹਿਣ ਦਾ ਭਾਵ ਹੈ ਕਿ ਤੁਸੀਂ ਦੋਨੋਂ ਸ਼ਬਦ ਬੋਲ ਸਕਦੇ ਹੋ, ਵੰਡ ਛਕਿਆ ਅਤੇ ਵੰਡ ਕੇ ਛਕਿਆ।